ਨੂੰ ਮੋਨੀਟਰ ਵਾਲੋ ਸੀ ਅੱਜ ਦਾ ਜਿਹੜਾ ਸਾਡਾ ਵਿਸ਼ਾ ਹੈ ਜੀ ਉਹ ਹੈ ਸਿੱਖਿਆ ਮਨੋਵਿਗਿਆਨ ਵਿੱਚ ਪ੍ਰਵੇਸ਼ ਉਹਦੇ ਅੰਤਰਗਤ ਅਸੀਂ ਪਿਛਲੇ ਲੈਕਚਰ ਦੀ ਜਿਹੜੀ ਗੱਲਬਾਤ ਕੀਤੀ ਸੀ ਉਹ ਸੀ ਸਾਡੇ ਕੋਲ ਵਿਸ਼ਾ ਕੀ ਸਾਡੇ ਕੋਲ ਪਿਛਲਾ ਉਹ ਸੀ ਵਾਧਾ ਅਤੇ ਵਿਕਾਸ ਜਿਹਦੇ ਅੰਤਰਗਤ ਹੁਣ ਤੱਕ ਅਸੀਂ ਵਾਧੇ ਦੇ ਅਤੇ ਵਿਕਾਸ ਦੇ ਕਈ ਪਹਿਲੂਆਂ ਤੋਂ ਜਾਣੂ ਹੋਏ ਹਾਂ ਕਿ ਕਿਵੇਂ ਵਾਧਾ ਦੇ ਵਿਕਾਸ ਕਿਸੇ ਵਿਅਕਤੀ ਦੇ ਜੀਵਨ ਵਿੱਚ ਜਾਂ ਜੀਵਨ ਭਾਗੀ ਜਿਹੜੀ ਸ਼ੈਲੀ ਹੈ ਉਹਦੇ ਵਿੱਚ ਕਿਵੇਂ ਉਹ ਅਫੈਕਟ ਕਰਦਾ ਹੈ। ਅੱਜ ਅਸੀਂ ਵਾਧੇ ਦੇ ਕੁਝ ਅਣਛੂਹੇ ਪਹਿਲੂਆਂ ਦੇ ਨਾਲ ਰੂਬਰੂ ਹੋਵਾਂਗੇ ਜਿਹਦੇ ਵਿੱਚ ਸਭ ਤੋਂ ਪਹਿਲਾ ਪੁਆਇੰਟ ਜੇ ਅਸੀਂ ਗੱਲ ਕਰੀਏ ਤਾਂ ਅੱਜ ਜਿਹੜਾ ਟੌਪਿਕ ਹੋਊਗਾ ਵਾਧੇ ਦੇ ਗੁਣਾਂ ਦੀ ਵਿਸਥਾਰ ਪੂਰਵਕ ਗਿਆਨ ਉਹਦੇ ਬਾਰੇ ਅਸੀਂ ਗੱਲ ਕਰਾਂਗੇ ਜਿਹਦੇ ਅੰਕ ਤੱਕ ਜਿਹੜਾ ਸਭ ਤੋਂ ਪਹਿਲਾ ਭਾਰ ਹੈ ਉਹ ਵੀ ਅੰਦਰੂਨੀ ਪ੍ਰਕਿਰਿਆ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਮਨੁੱਖੀ ਸਰੀਰ ਬਹੁਤ ਸਾਰੀਆਂ ਮਾਸਪੇਸ਼ੀਆਂ ਬਹੁਤ ਸਾਰੀਆਂ ਨਾੜੀਆਂ ਦਾ ਬਹੁਤ ਸਾਰੀਆਂ ਹੱਡੀਆਂ ਦਾ ਸੁਮੇਲ ਹੈ ਜਿਹਦੇ ਵਿੱਚ ਅਸੀਂ ਜਦੋਂ ਮਨੁੱਖੀ ਸਰੀਰ ਨੂੰ ਜਾਣਨਾ ਸ਼ੁਰੂ ਕਰਦੇ ਹਾਂ ਜਾਂ ਉਹਦੇ ਬਾਰੇ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਬਹੁਤ ਸਾਰੀਆਂ ਜ਼ਰੂਰੀ ਪ੍ਰਕਿਰਿਆਵਾਂ ਦੀ ਵੀ ਗੱਲ ਹੁੰਦੀ ਹੈ ਜਿਹਦੇ ਵਿੱਚ ਦਿਲ ਦਾ ਧੜਕਣਾ ਦਿਲ ਦਾ ਧੜਕਣਾ ਫੇਫੜਿਆਂ ਦਾ ਫੁੱਲਣਾ ਅਤੇ ਫੁੰਗਣਾ ਠੀਕ ਹੈ ਮਾਸਪੇਸ਼ੀਆਂ ਦਾ ਹਿੱਲਣਾ ਹਿੱਲਣਾ ਆਦਿ ਕਈ ਤਰ੍ਹਾਂ ਦੀਆਂ ਪ੍ਰਕਿਰਤੀਆਂ ਨੇ ਕਈ ਤਰ੍ਹਾਂ ਦੀਆਂ ਪਰਿਵਰਤਨ ਕਹਿ ਲਓ ਵੀ ਪ੍ਰਕਿਰਿਆਵਾਂ ਨੇ ਜਿਹੜੀਆਂ ਮਨੁੱਖੀ ਸਰੀਰ ਦੇ ਵਿੱਚ ਲਗਾਤਾਰ ਹੁੰਦੀਆਂ ਰਹਿੰਦੀਆਂ ਨੇ। ਜਿਵੇਂ ਕਿ ਇੱਕ ਬੱਚਾ ਜਦੋਂ ਜਨਮ ਲੈਂਦਾ ਹੈ ਸਾਡੇ ਸਮਾਜ ਦੇ ਵਿੱਚ ਮਾਂ ਦੇ ਗਰਭ ਤੋਂ ਬਾਹਰ ਆ ਕੇ ਰਿਐਕਟ ਕਰਦਾ ਹੈ ਤਾਂ ਕੁਛ ਸਮੇਂ ਤੋਂ ਬਾਅਦ ਜਦੋਂ ਅੰਦਰੂਨ ਜਿਹੜਾ ਹੈਗਾ ਅੰਦਰੂਨੀ ਹਨੇਰੇ ਤੋਂ ਬਾਹਰ ਆ ਕੇ ਬਾਹਰਲੇ ਚਾਨਣ ਦੇ ਵਿੱਚ ਗਿਰਦਾ ਹੈ ਤਾਂ ਉਹਦੇ ਲਈ ਹਰ ਚੀਜ਼ ਇੱਕ ਨਵਾਂ ਅਨੁਭਵ ਹੁੰਦਾ ਹੈ ਉਹਦੇ ਲਈ ਹਰ ਇੱਕ ਚੀਜ਼ ਇੱਕ ਨਵੀਂ ਦਿੱਖ ਦੇ ਰੂਪ ਵਿੱਚ ਸਾਹਮਣੇ ਆਉਂਦੀ ਹੈ ਇੱਕ ਨਵੀਂ ਪ੍ਰਕਿਰਿਆ ਦੇ ਰੂਪ ਸਾਹਮਣੇ ਆਉਂਦੀ ਹੈ ਠੀਕ ਹੈ ਫਿਰ ਉਹਨੂੰ ਹਰ ਚੀਜ਼ ਲਭਾਉਣਾ ਸ਼ੁਰੂ ਕਰਦੀ ਹੈ ਦੇਖਣੀ ਸ਼ੁਰੂ ਕਰ ਦਿੰਦੀ ਹੈ ਕਿ ਉਹ ਕਿਸ ਤਰ੍ਹਾਂ ਦਾ ਹੀ ਹੈ ਇਹਦੇ ਹੀ ਅੰਦਰ ਤੱਕ ਅਸੀਂ ਗੱਲ ਕਰਦੇ ਹਾਂ ਕਿ ਇੱਕ ਜ਼ਰੂਰੀ ਪ੍ਰਕਿਰਿਆ ਹੁੰਦੀ ਹੈ ਜਿਹਦੇ ਵਿੱਚ ਸਭ ਤੋਂ ਮਹੱਤਵਪੂਰਨ ਹੈ ਦਿਲ ਦਾ ਧੜਕਣਾ ਦਿਲ ਦੇ ਧੜਕਣ ਤੋਂ ਭਾਵ ਕੀ ਹੈ ਵਾਧੇ ਦੇ ਅੰਦਰ ਦਿਲ ਦਾ ਧੜਕਣਾ ਇੱਕ ਸਭ ਤੋਂ ਇੰਪੋਰਟੈਂਟ ਪਾਰਟ ਹੈ ਕਿ ਜਨਮੇ ਹੋਏ ਬੱਚੇ ਵੀ ਦਿਲ ਦੀ ਧੜਕਣ ਆਮ ਵਿਅਕਤੀ ਦੇ ਨਾਲੋਂ ਜ਼ਿਆਦਾ ਹੁੰਦੀ ਹੈ ਆਮ ਵਿਅਕਤੀ ਨਾਲੋਂ ਜ਼ਿਆਦਾ ਹੁੰਦੀ ਹੈ ਕਾਰਨ ਕਿ ਉਸ ਸਮੇਂ ਦੇ ਵਿੱਚ ਜਦੋਂ ਉਹ ਮਾਂ ਦੇ ਗਰਭ ਚੋਂ ਬਾਹਰ
ਅੰਕੁਰਿਤ ਪ੍ਰਕਿਰਿਆ ਦੇ ਵਿੱਚ ਹੁੰਦਾ ਹੈ ਜਿਹਦੇ ਕਰਕੇ ਜਿਹੜਾ ਉਹਦਾ ਸੰਤੁਲਨ ਹੈ ਜਾਂ ਉਹ ਵੀ ਬਾਡੀ ਦਾ ਜਿਹੜਾ ਹਾਵ ਭਾਵ ਹੈ ਜਾਂ ਉਹ ਵੀ ਬਾਡੀ ਦਾ ਜਿਹੜਾ ਚੱਲਣ ਦਾ ਤਰੀਕਾ ਹੈਗਾ ਉਹ ਵੀ ਬਦਲਾਅ ਆਉਂਦਾ ਹੈ ਠੀਕ ਹੈ ਪਹਿਲਾਂ ਅਨਿਯੰਤ੍ਰਿਤ ਹੁੰਦੀ ਹੈ ਫਿਰ ਸਮਾਂ ਪਾ ਕੇ ਹੌਲੀ 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 ਉਹ ਆਮ ਸਧਾਰਨ ਵਿਅਕਤੀਆਂ ਦੇ ਜਿਨ੍ਹਾਂ ਦਾ ਇੱਕ ਆਮ ਵਿਅਕਤੀ ਦੀ ਹਾਰਟ ਰੇਟ ਹੁੰਦੀ ਹੈ ਉਹਦੇ ਅਕੋਰਡਿੰਗਲੀ ਉਹ ਠੈਕ ਹੁੰਦੀ ਹੈ ਠੀਕ ਹੈ ਇਸੇ ਤਰ੍ਹਾਂ ਹੀ ਸਾਹ ਲੈਣ ਦੀ ਪ੍ਰਕਿਰਿਆ ਹੈ ਕਿ ਜਿਵੇਂ ਜਦੋਂ ਕੋਈ ਬੱਚਾ ਜਨਮ ਲੈਂਦਾ ਹੈ ਉਹ ਜਿਹੜੀ ਸਾਹ ਲੈਣ ਦੀ ਪ੍ਰਕਿਰਿਆ ਹੈ ਫੇਫੜਿਆਂ ਦਾ ਸੁੰਗਣਾ ਤੇ ਫਿਰ ਉਹਦਾ ਫੁੱਲਣਾ ਸੁੰਗਣ ਕੇ ਫੁੱਲਣ ਦੀ ਜਿਹੜੀ ਪ੍ਰਕਿਰਿਆ ਉਹ ਵੀ ਬਹੁਤ ਆਮ ਬੱਚੇ ਨਾਲੋਂ ਜ਼ਿਆਦਾ ਹੁੰਦੀ ਹੈ ਸੁਣ ਸੁਣ ਕੇ ਹੋਏ ਬੱਚੇ ਨਾਲ ਉਹਨਾਂ ਦੀ ਜ਼ਿਆਦਾ ਹੁੰਦੀ ਹੈ ਤਾਂ ਜੋ ਜਿਹੜਾ ਉਹਨਾਂ ਦਾ ਸਾਹ ਲੈਣ ਦੀ ਪ੍ਰਕਿਰਿਆ ਜਿਹੜੀ ਉਹਦੀ ਅੰਦਰੂਨੀ ਕਿਰਿਆ ਹੈਗੀ ਹੈ ਉਹ ਜ਼ਿਆਦਾ ਕੀ ਹੁੰਦਾ ਪਰਿਵਰਤਿਤ ਹੁੰਦੀ ਹੈ ਜ਼ਿਆਦਾ ਸਪੀਡ ਨਾਲ ਉਹਦੀ ਪ੍ਰਕਿਰਿਆ ਆਉਂਦੀ ਹੈਗੀ ਹੈ ਅੱਗੇ ਆਇਆ ਮਾਸਪੇਸ਼ੀਆਂ ਦਾ ਜਿਹੜਾ 9 ਮਹੀਨੇ ਜਦੋਂ ਗਰਭ ਦੇ ਵਿੱਚ ਇੱਕ ਜਾਲ ਦੇ ਰੂਪ ਦੇ ਵਿੱਚ ਇੱਕ ਬੋਰੀ ਟਾਈਪ ਦੇ ਰੂਪ ਦੇ ਵਿੱਚ ਇੱਕ ਗੁਬਾਰੇ ਦੇ ਰੂਪ ਦੇ ਵਿੱਚ ਜਦੋਂ ਬੱਚਾ ਇੱਕ ਖੁੰਗੜਿਆ ਹੁੰਦਾ ਹੈ ਠੀਕ ਹੈ ਤਾਂ ਉਹ ਕਈ ਤਰ੍ਹਾਂ ਦੇ ਕਿਰਿਆਵਾਂ ਕਰਨ ਦੀ ਕੋਸ਼ਿਸ਼ ਕਰਦਾ ਹੈ ਪਰੰਤੂ ਉਹ ਅਸਮਰਥ ਹੁੰਦਾ ਹੈ ਇਹਨਾਂ ਕਿਰਿਆਵਾਂ ਨੂੰ ਕਰਨਗੇ ਨਾ ਪਰ ਜਿਵੇਂ ਹੀ ਉਹ ਬਾਹਰ ਆਉਂਦਾ ਠੀਕ ਹੈ ਉਹ ਆਪਣੇ ਹੱਥਾਂ ਪੈਰਾਂ ਨੂੰ ਆਪਣੀਆਂ ਸੂਖਮ ਕਿਰਿਆਵਾਂ ਨੂੰ ਜਾਂ ਆਪਣੇ ਸੂਖਮ ਜਿਹੜੀਆਂ ਦ੍ਰਿਸ਼ਟੀਆਂ ਨੂੰ ਹੁੰਦਾ ਉਹਨੂੰ ਉਹ ਹਿਲਾਉਣ ਦੇ ਉਹ ਕਾਬਿਲ ਹੋ ਜਾਂਦਾ ਹੈ ਉਹਨੂੰ ਉਹ ਦੇਖਣ ਦੇ ਕਾਬਿਲ ਹੋ ਜਾਂਦਾ ਹੈ ਕਿ ਕਿਵੇਂ ਜਿਹੜਾ ਉਹ ਵਿਅਕਤੀ ਹੈ ਵਿਅਕਤੀ ਜਿਹੜਾ ਉਹ ਆਪਣਾ ਬੱਚਾ ਹੈਗਾ ਉਹ ਠੀਕ ਹੈ ਉਹ ਆਪਣੀਆਂ ਕਿਰਿਆਵਾਂ ਨੂੰ ਕਰਨਾ ਸ਼ੁਰੂ ਕਰ ਦਿੰਦਾ ਹੈ ਇਹ ਕੀ ਕਰੀਏ ਆਪਣਾ ਪਹਿਲਾ ਪੁਆਇੰਟ ਜਿਹਦੇ ਵਿੱਚ ਅਸੀਂ ਵਿਅਕਤੀ ਦੀਆਂ ਅੰਦਰੂਨੀ ਪ੍ਰਕਿਰਿਆਵਾਂ ਦੇ ਬਾਰੇ ਗੱਲ ਕੀਤੀ ਹੈ ਅਗਲਾ ਜਿਹੜਾ ਸਾਡਾ ਪੁਆਇੰਟ ਹੈ ਉਹ ਹੋਊਗਾ ਜੀ ਪੁਆਇੰਟ ਨੰਬਰ 2 ਹੈ ਇਹ ਕਿ ਆਪਣਾ ਅੰਦਰੂਨੀ ਠੀਕ ਹੈ ਪਰਿਵਰਤਨ ਦੀ ਅਸੀਂ ਗੱਲ ਕਰਦੇ ਹਾਂ ਇਹ ਪ੍ਰਕਿਰਿਆ ਬੱਚੇ ਦੇ ਜਨਮ ਤੋਂ ਲੈ ਕੇ ਪਹਿਲਾਂ ਜਨਮ ਹੁੰਦਾ ਫਿਰ ਉਹ ਸ਼ਿਸ਼ੂ ਦੇ ਵਿੱਚ ਬਣ ਜਾਂਦਾ ਜਿਹਨੂੰ ਅਸੀਂ ਸ਼ਿਸ਼ੂ ਕਾਲ ਕਹਿ ਦਿੰਦੇ ਹਾਂ ਇੱਥੇ ਚਲੋ ਫਿਰ ਉਹ ਬਾਲਗ ਅਵਸਥਾ ਚ ਆਉਂਦਾ ਫਿਰ ਉਹ ਪ੍ਰੌੜ ਅਵਸਥਾ ਚ ਆਉਂਦਾ ਕਿ ਕਹਿਣਾ ਉਹ ਇੱਕ ਨਾਗਰਿਕ ਦੇ ਰੂਪ ਵਿੱਚ ਨਾਗਰਿਕ ਅਵਸਥਾ ਦੇ ਵਿੱਚ ਆ ਜਾਂਦਾ ਇਹ 5 ਵੱਖਰੇ ਵੱਖਰੇ ਮਨੁੱਖੀ ਪਰਿਵਰਤਨ ਦੇ ਭਾਗ ਨੇ ਠੀਕ ਹੈ ਜਿਹਦੇ ਵਿੱਚ ਪਹਿਲਾ ਜਿਹੜਾ ਹੈਗਾ ਜਨਮ ਜਨਮ ਦੇ ਵਿੱਚ ਜੇ ਅਸੀਂ ਗੱਲ ਕਰੀਏ 0 ਤੋਂ ਲੈ ਕੇ 1 ਸਾਲ ਤੱਕ ਜਿਹੜਾ ਸ਼ਿਸ਼ੂ ਕਾਲ ਹੈ ਉਹ 2 ਤੋਂ ਲੈ ਕੇ 5 ਮੰਨ ਲਓ 5 ਸਾਲ ਤੱਕ ਜਿਹੜੀ ਬਾਲਗ ਅਵਸਥਾ ਹੈ ਉਹ 6 ਤੋਂ ਲੈ ਕੇ 10 ਸਾਲ ਤੱਕ ਜਿਹੜੀ ਪ੍ਰੌੜ ਅਵਸਥਾ ਹੈ ਉਹ ਇਹਨੂੰ 10 ਮਹੀਨੇ ਮੰਨਿਆ ਜਾਂਦਾ ਬੱਚੇ ਇਹਨੂੰ 14 ਸਾਲ ਤੱਕ ਮੰਨਿਆ ਜਾਂਦਾ ਜਿਹੜੀ ਇਹ ਅਵਸਥਾ ਹੈ ਇਹ 15 ਤੋਂ ਲੈ ਕੇ 21 ਸਾਲ ਤੱਕ ਔਰ 21 ਸਾਲ ਤੋਂ ਬਾਅਦ ਜਾਂਦੇ ਗੋ ਔਨ ਠੀਕ ਹੈ ਜਿੰਨਾ ਚਿਰ ਵਿਅਕਤੀ ਜੀਵਤ ਹੈ ਇਹ ਪ੍ਰਕਿਰਿਆ ਚੱਲਦੀ ਹੁੰਦੀ ਹੈ ਅੰਦਰੂਨੀ ਪਰਿਵਰਤਨ ਜਨਮ ਸਮੇਂ ਲਿੰਗ ਦਾ ਕੰਮ ਛੱਡ ਕੇ ਮੁੰਡਾ ਜਾਂ ਕੁੜੀ ਠੀਕ ਹੈ ਮੇਲ ਔਰ ਫੀਮੇਲ ਉਸ ਨੂੰ ਛੱਡ ਕੇ ਬੱਚੇ ਦੀਆਂ ਜਿਹੜੀਆਂ ਸੀਮਤ ਲੋੜਾਂ ਨੇ
और सिर्फ और सिर्फ खाना खान तो बाबा पीना दूध मां का दूध ये लोग भी कहेंगे पीना खेलना के खाना एक के नाम से खाने मनिया गई है के नहीं जरूरत है जीवियां करके और ये बच्चे परिवर्तन हो गए खान के या पीन के जो भी बच्चे को भुख लग रही है तो एक हाबी भुख नु जाहिर करने का जरा सब तो बढ़िया तरीका होगा वो रोक के दिखाऊंगा अभी मां रोक के दिखाऊंगा कि उन्हें उस समय के बीच भुख लग रही है अगली जी है शिशु काल के बीच जब कोई बच्चा वड्डा होना शुरू होता है फॉर एग्जांपल सारे समाज में भी गल कर लिए कि मुंडे और कुड़ी के बीच डिफरेंस ज्यादा कर सानू ना के वाला को पता लग जाता है कि कई बार जिहड़े लड़के है खास करके पंजाब रीजन के विच ही गल रही है तां सिर के जुड़ा जां वाल कट्टे होना लड़के दी निशानी मन लेंदे है बट इक गुप होना ठीक है इक लड़की दी निशानी मन्नी जांदी है उन्हां दे फिजिकल अपीयरेंस तों फिजिकल अपीयरेंस तों भी ओही जिहड़ी कह लो भी ओहे बेले परिवर्तन है जां ओहे हाल इस तरह जो वो रहने वाले की हैगा ओहे परिवर्तन तों ही असीं ओह गए कह लो परिवर्तन दा सानूं पता लग शरीर भी जड़िया मुंडे जेडे शरीर है थोड़े सडोल होंगे थोड़े ताकतवर होंगे कंपेयर विद टू गर्ल ठीक है इस तरह की कई तरह या ये चीजें ने ओह परिवर्तित हो गया है या परिवर्तन के विच आउंदियां ने यानी ठीक है जी अगली जेड़ा छड़ा टॉपिक होगा या अगला जेड़ा छड़ा पॉइंट है ठीक है ओदे विच है कि बाहरी परिवर्तन ओ भी बारे की गल करेंगे वो है कि बाहरी परिवर्तन हूँ बाहरी परिवर्तन पॉइंट नंबर 10 बाहरी परिवर्तन के लिए देखो अभी ये विच गल करते हैं तो मेन दो पॉइंट आगे के ही गल कर दिया है शरीरक के नंबर दो आ जाएगा ये फिर मानसिक शरीरक परिवर्तन के बीच जो अभी गल कर दिए हैं तो जो कोई व्यक्ति या जो कोई बच्चा शरीरक पक्ष तो समाज के विच रहिंदा है या समाज के विच विचरदा है तां कई बार जिहड़ा उह बच्चा हुंदा है ठीक है उहदे शरीर दे जिहड़े अपीयरेंस है किस तरह दा उह रहणी बहणी दे विच है किस तरह दी उह वी लुक है या किस तरह दी उह हाव भाव दिखाउंदा है उह वी बाहरी विच किहो जी है ठीक है उह फडोल है उह पतला है उह लंबा हो गया उह छोटा हो गया ठीक है उह वी जो शरीरक विकास संपूर्ण रूप से नहीं हुए आज क्रियावां ने आज परिवर्तन है शरीरक पक्ष तो मन्ने जाते हैं मानसिक पक्ष तो असीं उहदे रवैये की गल करते हैं जां कह लो भी उहदे जिहड़े समाज विच विचरण दे जिहड़े पक्ष है असीं उहनां नूं मानदे हैं ठीक है इह सीगा साडा पॉइंट बाहरी परिवर्तन जिहड़ा अगले पॉइंट दे बारे असीं गल करनी है ਉਹ ਹੈ ਜੀ ਮਾਪਣ ਯੋਗਤਾ ਪੁਆਇੰਟ ਨੰਬਰ 4 ਹੈ ਬਹੁਤ ਹੀ ਇੰਪੋਰਟੈਂਟ ਪੁਆਇੰਟ ਹੈ ਪੁਆਇੰਟ ਨੰਬਰ 4 ਮਾਪਣ ਯੋਗਤਾ ਮਾਪਣ ਯੋਗਤਾ ਮਾਪਣ ਤੋਂ ਭਾਵ ਕਿ ਜਦੋਂ ਅਸੀਂ ਕਿਸੇ ਵੀ व्यक्ति दिया जिहड़ियां क्रियावां ने जां ओहदी अपीयरेंस है जिहड़ी ओहदी लुक है जां ओहदा जिहड़ा कह लो वी दिखावा है ओहदी शरीर दा बनावटी दिखावा है जां ओहदा शरीर जी बनावट है असीं उहनूं माप सकदे हां
माँ बाबा ठीक है व्यक्ति के कार्यक्रम आकार रंग ठीक है ताकत आदि कई घटना जिन मछली मिल सकते हैं कार्यक्रम पाल पांच फुट पांच इंच आकार को पाल मोटा या पतला रंग गोरा या काला ठीक है ताकत कार्य पूरा किया या नहीं आज कई तरह ये प्रकृतियां ने जिसे कार्य को भाव होगी हाई ठीक है किन्ना लंबा है पांच फुट पांच इंच पांच फुट छे इंच सात इंच आठ इंच संभव है इको सिक्के के दो पहलू ने एक दूसरे के ऊपर निर्भर
व्यक्ति का वर्का होगा तब विकास अपने आप होगा, ठीक है, ये विकास होगा तब वर्का होना लाजमी है, ठीक है। ये वाक्य को भाव है मानसिक पक्षा भी अपनी बड़ी फिजिकल अपने नहीं किसी की गल कर दिए शरीर पक्षा भी अपनी बड़ी क्या गल बात कर दिए हैं बट जरा विकास है वो भी उनके निर्भर कर गए। जे भी विद्यार्थी जे खेल पक्षा को भी गल कर लिए कि उन दौड़ना जरा है वर्गिया लगता है दौड़ना एथलीट बनने में जो इच्छा रख गए ता जिला होगा भजन का जिला वो भी दौड़न भी जी वो भी लालसा है जिला मानसिक पक्ष हो गया अंदर एक जरूर भरिया हो गया कि वो दौड़ना चाहूंगा ग्राउंड के बीच खेलना चाहूंगा है कि वो दौड़ जी होंगी है जिन्होंने 100 मीटर रेस या सॉरी 100 मीटर रेस और 200 मीटर रेस या कह लो कि 500 मीटर रेस, ठीक है, ये आज जिन्हें दौड़ा हो गया नहीं वो लगाना लगाना चाहूंगा, ठीक है। तो उसे ना जरा मानसिक पक्ष के बीच में फिर वो भी ख्याल है जो दौड़ूगा पर जो ये नाता जरा उनका विकास है जिसको तो भी मांसपेशियां जिसको तो भी यहाँ लगता बाहा, ठीक है, वो के हड्डा जी की जड़ी उसकी मजबूती आओगी, ठीक है, वो के नाता जरा उसकी अंदरूनी भागा के बीच बॉडी के अंदरूनी ऑर्गन्स के बीच जड़ी मूवमेंट आनी शुरू होगी, ठीक है, वो के अंदर जड़ी कह लो कि ताकत बननी शुरू तो वो नाल भूख वध लगे भूख लगे का बच्चे को जड़ा प्रोटीन या कह लो कि जड़ा अर्जित करांगा भी वो के अंदर का जड़ा मादा होगा जड़ी खुराक की जरूरत पवे, ठीक है, जे खुराक की जरूरत पड़े कि नेचुरली गल है कि वो वाटे के बाद बचना शुरू होगा, ठीक है। जिमें आम एक कहावत है कि बास्केटबॉल खेलने वाले जिन्ने भी खिलाड़ी होंगे है उन्हां की जिहड़ी हाइट है, ठीक है, वह क्रिकेट खेलने वाले को क्रिकेट खेलने वाले को कई ज्यादा होंगे ठीक है वध होंगे है उसके पीछे कारण की है क्योंकि दौड़ना के छलांग होंगे, ठीक है, एक शरीर कसर का रूप बन जाएगा जिहड़ी कि क्रिकेट गेम च नहीं होंगी। एक छोड़े बन की निशानी जरा अभी कहने भी फ्लैक्सीबल के स्पीड पूर्वक या तेज पूर्वक जिहड़ी होगी चाल है वह एक खेलों के दौरान विकसित होनी शुरू होगी विकास होना होगा शुरू हो जाएगा मांसपेशियों का होगा, ठीक है। ये जी आइए 6 पॉइंट जेडे वाधे गुणा ये विस्तार पूर्वक असी ज्ञान लिया ये विच हुण असी इस टॉपिक नूं वाधे दे प्रति जिहड़ा असी गल कर चुके हैं अगले टॉपिक दे विच असी विकास के अलग अलग पड़ावां दे बारे गल करांगे कि किवें जिहड़ा विकास है ਉਹ ਵਿਅਕਤੀ ਦੇ ਇੱਕ ਪੱਖ ਤੋਂ ਨਹੀਂ ਸਗੋਂ ਕਿ ਵਿਅਕਤੀ ਦੇ ਰਹਿੰਦੀ ਜ਼ਿੰਦਗੀ ਤੱਕ ਕਈ ਪੱਖਾਂ ਤੋਂ, ਠੀਕ ਹੈ, ਕਈ ਪੱਖਾਂ ਤੋਂ ਵਿਅਕਤੀ ਦੇ ਉੱਤੇ ਨਿਰਭਰ ਹੋਊਗਾ ਕਿ ਕਿਸ ਤਰ੍ਹਾਂ ਦੇ ਉਹ ਜਿਹੜਾ ਚੌਗਿਰਦਾ ਹੋਊਗਾ ਉਹਦਾ ਆਲਾ ਦੁਆਲਾ ਜਿਹੜਾ ਉਹਦਾ ਵਾਤਾਵਰਨ ਉਹਨੂੰ ਪ੍ਰਭਾਵਿਤ ਕਰਦਾ ਹੈ ਅਤੇ ਕਈ ਵਾਰ ਜਿਹੜਾ ਵਾਤਾਵਰਨ ਦਾ ਪ੍ਰਭਾਵ ਹੈ ਉਹ ਵਿਅਕਤੀ ਦੇ ਮਾਨਸਿਕ ਕਹਿ ਲਓ ਵੀ ਜਿਹੜਾ ਹਾਵਭਾਵ ਹੈ ਉਹਨੂੰ ਬਦਲਣ ਦੇ ਵਿੱਚ ਬਹੁਤ ਸਹਿਯੋਗ ਦਿੰਦਾ ਉਹਦੇ ਬਾਰੇ ਅਸੀਂ ਗੱਲ ਕਰਾਂਗੇ। ਹੋਪਫੁਲੀ ਅੱਜ ਦੀ ਕਲਾਸ ਤੁਹਾਨੂੰ ਵਧੀਆ ਲੱਗੀ ਹੋਊਗੀ ਸਾਡੇ ਨਾਲ ਜੁੜੇ ਰਹੋ ਜੀ ਧੰਨਵਾਦ।